ਬੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਆਓ ਦੋਸਤੋ ਰਲ ਮਿਲ ਕੇ ਕੁਝ ਖਬਰਾਂ ਦੇ ਉੱਤੇ ਵਿਚਾਰ ਵਟਾਂਦਰਾ ਕਰੀਏ ਉਹ ਖਬਰਾਂ ਕਿਹੜੀਆਂ ਹੋਣਗੀਆਂ ਆਓ ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂ ਕੈਨੇਡਾ 'ਚ ਚੌਥੀ ਵੇਵ ਦੀ ਚੇਤਾਵਨੀ ਪਰ ਇਸ ਨੂੰ ਟਾਲਿਆ ਜਾ ਸਕਦਾ ਹੈ ਅਮਰੀਕਾ ਵਿੱਚ ਫਿਰ ਵਧਣ ਲੱਗੇ ਕੇਸ ਟੀਕਾ ਲਵਾਉਣ ਲਈ ਲੋਕਾਂ ਨੂੰ ਦਿੱਤਾ ਜਾ ਰਿਹਾ ਲਾਲਚ ਵਿਦੇਸ਼ ਯਾਤਰਾ ਕਰਨ ਵਾਲੇ ਵਿਅਕਤੀ ਉਚੇਚੇ ਤੌਰ ਤੇ ਧਿਆਨ ਦੇਣ ਅੰਤਰਰਾਸ਼ਟਰੀ ਫਲਾਈਟਾਂ ਤੇ ਲੱਗੀ ਰੋਕ ਵਿੱਚ ਕਰ ਦਿੱਤਾ ਗਿਆ ਵਾਅਦਾ ਨੰਗਾ ਕਰਕੇ ਕੁੱਟਿਆ ਇੱਕ ਭਾਜਪਾ ਲੀਡਰ ਕਿਸਾਨਾਂ ਤੇ ਹੋਇਆ लाठीचार्ज ਪੰਜਾਬ ਦੀਆਂ ਚੋਣਾਂ ਜਿੱਤਣ ਲਈ ਆਮ ਆਦਮੀ ਪਾਰਟੀ ਦਾ ਦੂਸਰਾ ਮਾਸਟਰ ਸਟ੍ਰੋਕ ਅਤੇ ਬਲੀਦਾਨੀ ਭਗਤ ਸਿੰਘ ਨਾਟਕ ਦੀ ਰਿਹਰਸਲ ਕਰਦੇ ਇੱਕ ਬੱਚੇ ਨੂੰ ਐਕਟਿੰਗ ਕਰਨੀ ਪਈ ਮਹਿੰਗੀ ਦੋਸਤੋ ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਆਪਾਂ ਤਸੱਲੀ ਦੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਤੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਆਓ ਫਿਰ ਇਕੱਲੀ ਇਕੱਲੀ ਖਬਰ ਦੀ ਸਾਰ ਲਈਏ ਸਭ ਤੋਂ ਜਿਹੜੀ ਪਹਿਲੀ ਖਬਰ ਹੈ ਉਹਦੇ ਵੱਲ ਆਪਾਂ ਤੁਹਾਡਾ ਧਿਆਨ ਦਿਵਾਉਣੀ ਹੈ ਦੁਨੀਆ ਭਰ ਦੇ ਵਿੱਚ ਕੋਵਿਡ ਦੀ ਪਹਿਲੀ ਵੇਵ ਵੀ ਆਈ ਕਈਆਂ ਤੇ ਸੈਕੰਡ ਹੈ ਕਈਆਂ ਚ ਥਰਡ ਹੈ ਤੇ ਕਈਆਂ ਦੇ ਵਿੱਚ ਫੋਰਥ ਵੇਵ ਦੀਆਂ ਚੇਤਾਵਨੀਆਂ ਨੇ ਕੈਨੇਡਾ ਦੇ ਵਿੱਚ ਵੀ ਲਗਾਤਾਰ ਮਾਮਲਿਆਂ ਦੀ ਗਿਣਤੀ ਦੇ ਵਿੱਚ ਗਰਾਫਟ ਦਰਜ ਕੀਤੀ ਜਾ ਰਹੀ ਹੈ ਪਰ ਫੈਡਰਲ ਅਧਿਕਾਰੀਆਂ ਨੇ ਇੱਕ ਮੁੜ ਕੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਦੇ ਵਿੱਚ ਤੇਜ਼ੀ ਨਾਲ ਵਧ ਰਿਹਾ ਡੈਲਟਾ ਵੇਰੀਐਂਟ ਜਿਸ ਦੇ ਕਾਰਨ ਬਹੁਤੇ ਲੋਕਾਂ ਨੇ ਹਾਲੇ ਤੱਕ ਵੈਕਸੀਨੇਟ ਹੋਣ ਤੋਂ ਪਹਿਲਾਂ ਕੁਝ ਇੱਕ ਜਿਹੜੀਆਂ ਢਿੱਲਾਂ ਮਿਲੀਆਂ ਨੇ ਉਹਨਾਂ ਦਾ ਲਾਭ ਉਠਾਉਣਾ ਸ਼ੁਰੂ ਕਰ ਦਿੱਤਾ ਜਾਂ ਅਵੱਗਿਆ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਕਾਰਨ ਹੋ ਸਕਦਾ ਹੈ ਕਿ ਕੋਵਿਡ-19 ਦੀ ਚੌਥੀ ਵੇਵ ਆ ਜਾਏ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਨੇ ਡਾਕਟਰ ਟਰੀਸਾ ਟੈਮ ਉਹਨਾਂ ਨੇ ਆਖਿਆ ਕਿ ਲੰਬੇ ਸਮੇਂ ਤੋਂ ਅੰਦਾਜ਼ੇ ਲਗਾਏ ਗਏ ਨੇ ਜਿਨ੍ਹਾਂ ਤੋਂ ਇਹ ਹੀ ਲੱਗਦਾ ਕਿ ਜੇ ਸਭ ਕੁਝ ਖੋਲਣ ਦੇ ਵਿੱਚ ਜਲਦਬਾਜ਼ੀ ਹੋ ਗਈ ਤਾਂ ਗਰਮੀਆਂ ਦੇ ਅਖੀਰ ਤੱਕ ਇੱਕ ਵਾਰ ਕੇਸਾਂ ਦੀ ਗਿਣਤੀ ਫਿਰ ਰਿਕਾਰਡ ਪੱਧਰ ਤੇ ਵੱਸ ਸਕਦੀ ਹੈ ਡਾਕਟਰ ਟੈਵ ਨੇ ਕਿਹਾ ਕਿ ਸਰਕਾਰੀ ਸਿਹਤ ਪਾਬੰਦੀਆਂ ਨੂੰ ਹੌਲੀ-ਹੌਲੀ ਅਤੇ ਧਿਆਨ ਨਾਲ ਚੁੱਕਿਆ ਜਾਣਾ ਇਹ ਨਹੀਂ ਕਿ ਇੱਕੋ ਹੀ ਦਮ ਸਭ ਕੁਝ ਚੁੱਕ ਦਿੱਤਾ ਜਾਵੇ ਜਿਸ ਤਰ੍ਹਾਂ ਮੈਂ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਅਲਬਰਟਾ ਦੇ ਵਿੱਚ ਕੁਝ ਉਪ ਪਾਬੰਦੀਆਂ ਚੁੱਕ ਦਿੱਤੀਆਂ ਨੇ ਜਿਸ ਦਾ ਆਮ ਤੌਰ ਤੇ ਲੋਕ ਵੀ ਇਤਰਾਜ਼ ਕਰ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਡੈਲਟਾ ਵੇਰੀਐਂਟ ਦੇ ਕੇਸ ਵੈਕਸੀਨ ਨਾ ਲਗਵਾਏ ਜਿਹੜੀ ਅੱਲੜ ਉਮਰ ਦੇ ਲੋਕ ਨੇ ਨੌਜਵਾਨ ਨੇ ਉਹਨਾਂ ਦੇ ਵਿੱਚ ਇਹ ਮਾਮਲੇ ਵੱਧ ਸਕਦੇ ਆ ਜਿਸ ਨਾਲ ਪੱਤ ਝੜ ਤੇ ਸਰਦੀਆਂ ਦੇ ਵਿੱਚ ਕੇਸਾਂ ਦੀ ਗਿਣਤੀ ਇੱਕ ਫੇਰ ਵੱਡੇ ਪੱਧਰ ਤੇ ਪਹੁੰਚ ਸਕਦੀ ਹੈ ਉਹ ਕਹਿੰਦੇ ਜੇਕਰ 18 ਤੋਂ 39 ਸਾਲ ਦੇ ਉਮਰ ਵਰਗ ਦੇ ਲੋਕ ਉਹਨਾਂ ਨੇ ਵੈਕਸੀਨ ਲਵਾਉਣੀ ਸ਼ੁਰੂ ਕਰ ਦਿੱਤੀ ਤਾਂ ਫਿਰ ਇਸ ਜਿਹੜੀ 4th ਵੇਵ ਹੈ ਚੌਥੀ ਵੇਵ ਹੈ ਉਸ ਨੂੰ ਟਾਲਿਆ ਵੀ ਜਾ ਸਕਦਾ ਪਰ ਆ ਆਸ ਦੀ ਕਿਰਨ ਹੈ ਪਰ ਇਸ ਕਰਕੇ ਅਸੀਂ ਜਿਹੜੀ ਇਸ ਉਮਰ ਵਰਗ ਦੇ ਲੋਕ ਨੇ ਜਿਹੜੇ ਇਸ ਵਕਤ ਟੀਕਾ ਨਹੀਂ ਲਗਵਾ ਰਹੇ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਭਾਈ ਆਓ ਰਲ ਮਿਲ ਕੇ ਮਨੁੱਖਤਾ ਬਚਾਈਏ ਅਤੇ ਇਸ ਮਹਾਮਾਰੀ ਤੋਂ ਨਜਾਤ ਪਾਈਏ ਅਤੇ ਨੱਥ ਪਾਈਏ ਨੂੰ ਸੋ ਜੇਕਰ ਤੁਸੀਂ ਇਸ ਅਮਰ ਵਰਗ ਦੇ ਵਿੱਚੋਂ ਤਾਂ ਕਿਰਪਾ ਕਰਕੇ ਟੀਕੇ ਲਵਾਓ ਉਹਨਾਂ ਨੇ ਇਹ ਵੀ ਕਿਹਾ ਕਿ ਤੀਸਰੀ ਵੇਵ ਦੇ ਸਿਖਰ ਦੇ ਮੁਕਾਬਲੇ ਰੋਜ਼ਾਨਾ ਦੇ ਜਿਹੜੇ ਮਾਮਲੇ ਦਰਜ ਕੀਤੇ ਜਾ ਰਿਹਾ ਉਹਨਾਂ ਵਿੱਚ ਇਸ ਵਕਤ 93 ਫੀਸਦੀ ਦੀ ਕਮੀ ਦਰਜ ਕੀਤੀ ਜਾ ਰਹੀ ਹੈ ਅਤੇ ਬੀਤੇ 7 ਦਿਨਾਂ ਤੋਂ ਕੈਨੇਡਾ ਦੇ ਵਿੱਚ ਰੋਜ਼ਾਨਾ ਆਸਤਨ 640 ਕੇਸ ਜਿਹੜੇ ਨਵੇਂ ਆ ਉਹ ਦਰਜ ਕੀਤੇ ਜਾ ਰਹੇ ਆ ਭਾਵੇਂ ਕਿ ਕੇਸ ਪਹਿਲਾਂ ਦੇ ਮੁਕਾਬਲਤਨ ਬਹੁਤ ਘਟੇ ਹੋਏ ਨੇ 93 ਫੀਸਦੀ ਬਹੁਤ ਵੱਡਾ ਅੰਕੜਾ ਹੈ ਪਰ ਫਿਰ ਵੀ ਡੈਲਟਾ ਵੇਰੀਐਂਟ ਦੇ ਕਾਰਨ ਇੱਕ ਵਾਰੀ ਫਿਰ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਜੜੀਆਂ ਢਿੱਲਾਂ ਨੇ ਜੜੀਆਂ ਖੁੱਲਾਂ ਨੇ ਇਹਨਾਂ ਦੀ ਨਜ਼ਾਇਜ਼ ਵਰਤੋਂ ਨਾ ਕੀਤੀ ਜਾਵੇ ਤੇ ਨਾਲ ਜਿਹੜੇ ਲੋਕ ਟੀਕੇ ਨਹੀਂ ਲਗਵਾ ਰਹੇ ਉਹ ਟੀਕੇ ਲਗਵਾ ਲੈਣ ਔਨਰੇਬਲ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਣਵੀ ਬੀਤੇ ਦਿਨਾਂ ਤੋਂ ਕਈ ਵਾਰ ਇਹ ਗੱਲ ਆਖੀ ਹੈ ਕਿ ਭਾਈ ਜਿੰਨੇ ਕੈਨੇਡਾ ਨੂੰ ਟੀਕੇ ਚਾਹੀਦੇ ਆ ਉਹਦੇ ਨਾਲੋਂ ਵੱਧ ਸਾਡੇ ਕੋਲ ਆ ਚੁੱਕਿਆ ਇਸ ਕਰਕੇ ਆਪੋ ਆਪਣਾ ਟੀਕਾ ਜ਼ਰੂਰ ਲਗਵਾਇਆ ਜਾਵੇ ਅਗਲੀ ਖਬਰ ਹੈ ਜਿਹੜੀ ਇਹ ਅਮਰੀਕਾ ਵਾਲੇ ਪਾਸਿਓਂ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਇਹ ਆਖ ਦਿੱਤਾ ਗਿਆ ਸੀ ਕਿ ਆਉਣ ਵਾਲੀ 9 ਤਰੀਕ ਤੋਂ ਭਾਵ ਅਗਸਤ ਦੀ 9 ਤਰੀਕ ਤੋਂ ਮਾਰਚ 2020 ਤੋਂ ਕੈਨੇਡਾ ਅਮਰੀਕਾ ਦੀ ਜਿਹੜੀ ਸਰਹੱਦ ਗੈਰ ਜ਼ਰੂਰੀ ਯਾਤਰਾ ਦੇ ਵਾਸਤੇ ਬੰਦ ਕੀਤੀ ਹੋਈ ਹੈ ਉਹ ਖੋਲ ਦਿੱਤੀ ਜਾਣੀ ਹੈ ਪਰ ਹਾਲ ਦੀ ਘੜੀ ਕੈਨੇਡੀਅਨ ਲੋਕ ਅਮਰੀਕਾ ਨਹੀਂ ਜਾ ਸਕਣਗੇ ਪਰ ਅਮਰੀਕਾ ਵਾਲਿਆਂ ਨੂੰ ਜਿਨ੍ਹਾਂ ਨੇ ਦੋਵੇਂ ਟੀਕੇ ਲਗਵਾਏ ਹੋਣਗੇ ਜਿਹੜਾ ਦੀ ਪਿਛਲੇ 72 ਘੰਟਿਆਂ ਦੀ ਕੋਵਿਡ-19 ਦੀ ਰਿਪੋਰਟ ਨੈਗੇਟਿਵ ਹੋਏਗੀ ਉਹ ਕੈਨੇਡਾ ਵਿੱਚ ਆ ਵੀ ਸਕਣਗੇ ਤੇ ਉਹਨਾਂ ਨੂੰ ਕੁਰੰਟਾਈਨ ਨਹੀਂ ਕਰਨਾ ਪਏਗਾ ਪਰ ਹਾਲ ਦੀ ਘੜੀ ਅਮਰੀਕਾ ਵਾਲਿਆਂ ਦੇ ਫੈਸਲੇ ਦੀ ਉਡੀਕ ਹੈ ਕਿ ਕਦੋਂ ਉਹ ਅਗਲਾ ਫੈਸਲਾ ਲੈਂਦੇ ਹੈ ਪਰ ਆਹ ਖਬਰਾਂ ਚਿੰਤਾਜਨਕ ਨੇ ਕਿ ਅਮਰੀਕਾ ਦੇ ਵਿੱਚ ਵੈਕਸੀਨ ਦੇ ਦੋਵੇਂ ਖੁਰਾਕਾਂ ਲੈਣ ਵਾਲਿਆਂ ਲਈ ਵੀ ਮਾਸਕ ਇੱਕ ਵਾਰੀ ਫੇਰ ਜ਼ਰੂਰੀ ਨਾਲ ਤੇਜ਼ੀ ਨਾਲ ਪਾਉਣ ਵਾਸਤੇ ਆਖਿਆ ਜਾਣ ਲੱਗ ਪਿਆ ਹੈ ਕਿਉਂਕਿ ਬਹੁਤ ਸਾਰੇ ਲੋਕ ਤੁਸੀਂ ਤਸਵੀਰਾਂ 'ਚ ਵੇਖੇ ਹੋਣਗੇ ਕਿ ਉਹਨਾਂ ਦੇ ਮੂੰਹ ਦੇ ਉੱਤੇ ਚਿਹਰਿਆਂ ਦੇ ਉੱਤੇ ਹੁਣ ਮਾਸਕ ਨਹੀਂ ਸਨ ਜਿਹੜੇ ਕਿ ਦੁਬਾਰਾ ਆ ਗਏ ਹੈ। ਪ੍ਰਸ਼ਾਸਨ ਦਾ ਪੂਰਾ ਜ਼ੋਰ ਹੁਣ ਵੈਕਸੀਨ ਲਗਾਉਣ ਤੇ ਲੱਗਿਆ ਹੋਇਆ ਹੈ। ਬਾਈਡਨ ਪ੍ਰਸ਼ਾਸਨ ਸਰਕਾਰੀ ਮੁਲਾਜ਼ਮਾਂ ਲਈ ਇਸੇ ਹਫ਼ਤੇ ਕਰੋਨਾ ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕਰ ਸਕਦੇ। ਨਿਊਯਾਰਕ ਵਿੱਚ ਤਾਂ ਮਾਮਲਾ ਇੱਥੋਂ ਤੱਕ ਵੱਧ ਗਿਆ ਹੈ। ਕਿ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਵਾਲਿਆਂ ਨੂੰ ਲਾਲਚ ਦਿੱਤਾ ਜਾ ਰਿਹਾ ਹੈ ਕਿ ਭਾਈ ਟੀਕਾ ਲਗਵਾਓ ਤੇ ਨਾਲ 100 ਡਾਲਰ ਪਾਓ ਡੈਲਟਾ ਵੇਰੀਐਂਟ ਦੇ ਕਾਰਨ ਅਮਰੀਕਾ ਦੇ ਵਿੱਚ ਕੋਵਿਡ-19 ਦੀ ਇਨਫੈਕਸ਼ਨ ਇੱਕ ਵਾਰ ਫਿਰ ਤੋਂ ਤੇਜ਼ੀ ਫੜ ਚੁੱਕੀ ਹੈ ਤੇਜ਼ੀ ਨਾਲ ਵਧ ਰਿਹਾ ਹੈ 2 ਮਹੀਨੇ ਪਹਿਲਾਂ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੋਵੈਂਸ਼ਨ ਨੇ ਮਾਸਕ ਲਗਾਉਣ ਤੋਂ ਛੋਟ ਦੇ ਦਿੱਤੀ ਸੀ ਕਈ ਹੋਰ ਵੀ ਪਾਬੰਦੀਆਂ ਚੁੱਕ ਦਿੱਤੀਆਂ ਸਨ ਢਿੱਲਾ ਦੇ ਦਿੱਤੀਆਂ ਸਨ ਉਹਦੇ ਤੋਂ ਬਾਅਦ ਅਮਰੀਕਾ ਦੀਆਂ ਮਾਰਕੀਟਸ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਫਿਰ ਤੋਂ ਬਹਾਰਾਂ ਪਰਤਾਈਆਂ ਸਨ ਲੋਕਾਂ ਦਾ ਭੀੜ ਭੜਕਾ ਨਜ਼ਰ ਆਉਣ ਲੱਗਿਆ ਸੀ ਲੋਕ ਇੰਜ ਲੱਗਦਾ ਸੀ ਕਿ ਕੋਵਿਡ-19 ਨੂੰ ਜਿਵੇਂ ਭੁੱਲ ਹੀ ਗਏ ਹੁਣ ਉਹਨਾਂ ਨੇ ਮਾਸਕ ਵੀ ਉਤਾਰ ਦਿੱਤੇ ਸੀ ਸੀਡੀਸੀ ਵੱਲੋਂ ਇਨਡੋਰ ਦੇ ਵਿੱਚ ਮਾਸਕ ਪਾਉਣਾ ਜ਼ਰੂਰੀ ਕਰਨ ਤੋਂ ਬਾਅਦ ਅਮਰੀਕੀ ਸ਼ਹਿਰਾਂ ਦੇ ਵਿੱਚ ਤਸਵੀਰ ਬਦਲ ਗਈ ਹੈ ਸਾਵਧਾਨੀਅਤ ਤੇ ਡਰ ਕਾਰਨ ਮਾਹੌਲ ਇੱਕਦਮ ਫਿਰ ਬਦਲਣ ਲੱਗਿਆ ਨਿਊਯਾਰਕ ਦੇ ਵਿੱਚ ਰੈਸਟੋਰੈਂਟ ਅਤੇ 바ਰ ਦੇ ਵਿੱਚ ਫਿਰ ਇਤਿਹਾਦ ਦੇਖੀ ਜਾ ਰਹੀ ਹੈ ਨਿਊਯਾਰਕ ਦੇ ਮੇਅਰ ਨੇ ਬੈਲਦੀ ਬਲੇਸੀਓ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜਿਹੜੇ ਵੀ ਨਾਗਰਿਕ ਨਿਊਯਾਰਕ ਦੇ ਵੈਕਸੀਨ ਸੈਂਟਰ ਦੇ ਵਿੱਚ ਪਹਿਲੀ ਖੁਰਾਕ ਲੈਣ ਵਾਸਤੇ ਆਉਣਗੇ ਉਹਨਾਂ ਨੂੰ 100 ਡਾਲਰ ਦਿੱਤੇ ਜਾਣਗੇ ਤੇ ਦੂਸਰੇ ਪਾਸੇ ਬਾਈਡਨ ਪ੍ਰਸ਼ਾਸਨ ਕੋਵਿਡ-19 ਸੰਬੰਧੀ ਨਵੀਆਂ ਗਾਈਡਲਾਈਨਸ ਦੇ ਉੱਤੇ ਇਸ ਵਕਤ ਵਿਚਾਰ ਵਟਾਂਦਰਾ ਕਰ ਰਿਹਾ ਹੈ ਇਹਦੇ ਵਿੱਚ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਸਰੀਰਕ ਦੂਰੀ ਤੇ ਅਮਲ ਕਰਨ ਰੈਗੂਲਰ ਜਾਂਚ ਅਤੇ ਮਾਸਕ ਲਗਵਾਉਣ ਦੀਆਂ ਜ਼ਰੂਰਤਾਂ ਹੋ ਸਕਦੀਆਂ ਨੇ ਤੇ ਟ੍ਰੈਵਲ ਵਾਸਤੇ ਕੁਝ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਸਕਦੀਆਂ ਨੇ ਵਾਈਟ ਹਾਊਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਫ਼ਤੇ ਦੇ ਅਖੀਰ ਤੱਕ ਜਾਂ ਫਿਰ ਅਗਲੇ ਹਫ਼ਤੇ ਰਾਸ਼ਟਰਪਤੀ ਬਾਈਡਨ ਕਿਸੇ ਨਵੀਂ ਯੋਜਨਾ ਦਾ ਐਲਾਨ ਕਰ ਸਕਦੇ ਆ ਪਰ ਕਾਰਨ ਕੀ ਨੇ ਕਿ ਇੱਕ ਵਾਰ ਫਿਰ ਡੈਲਟਾ ਵੇਰੀਐਂਟ ਬਹੁਤ ਸਾਰੇ ਮੁਲਕਾਂ ਦੇ ਵਿੱਚ ਫੈਲ ਰਿਹਾ ਹੈ ਉਹਨਾਂ ਵਿੱਚ ਅਮਰੀਕਾ ਵੀ ਹੈ ਤੇ ਕੈਨੇਡਾ ਨੇ ਵੀ ਇਹਦੇ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਅਗਲੀ ਖਬਰ ਜਿਹੜੇ ਰੋਕ ਭਾਰਤ ਵਿੱਚ ਨੇ ਵਦੇਸ਼ ਦੀ ਯਾਤਰਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਲੱਗਦਾ ਸੀ ਕਿ ਬੜੀ ਜਲਦ ਇਹ ਸਭ ਕੁਝ ਆਮ ਵਰਗਾ ਹੋ ਜਾਏਗਾ ਅਸੀਂ ਉਡਾਨਾਂ ਦੇ ਵਿੱਚ ਯਾਤਰਾ ਕਰ ਸਕਾਂਗੇ ਕੋਵਿਡ-19 ਮਹਾਮਾਰੀ ਦੇ ਕਾਰਨ ਇੰਟਰਨੈਸ਼ਨਲ ਫਲਾਈਟਸ ਤੇ ਰੋਕ ਲੱਗੀ ਹੋਈ ਸੀ ਅੱਜ 31 ਤਰੀਕ ਤੱਕ ਹੁਣ ਉਹਦੇ ਵਿੱਚ ਵਾਧਾ ਕਰ ਦਿੱਤਾ ਗਿਆ 31 ਜੁਲਾਈ ਤੋਂ ਵਧਾ ਕੇ 1 ਮਹੀਨੇ ਲਈ ਇਹ ਵਾਧਾ 31 ਅਗਸਤ ਤੱਕ ਕਰ ਦਿੱਤਾ ਗਿਆ ਅੱਜ ਡੀਡੀਸੀਏ ਭਾਵ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ 31 ਜੁਲਾਈ ਨੂੰ ਇਹ ਸਮਾਂਹੱਦ ਖਤਮ ਹੋਣ ਵਾਲੀ ਸੀ ਅਤੇ ਨਵੇਂ ਇਹਦੇ ਵਾਸਤੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਐ ਅਤੇ 1 ਮਹੀਨੇ ਲਈ ਇਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ। ਵੈਸੇ ਪਹਿਲਾਂ ਦੀ ਤਰ੍ਹਾਂ ਇਹ ਗੱਲ ਪੱਕੀ ਹੈ ਕਿ 에ਅਰ ਬੱਬਲ ਦੇ ਤਹਿਤ ਵੰਦੇ ਭਾਰਤ ਸਕੀਮ ਦੇ ਕਾਰਨ ਲੋਕਾਂ ਦਾ ਆਉਣਾ ਜਾਣਾ ਜਾਰੀ ਰਹੇਗਾ। ਪਰ ਦੱਸਣਾ ਬਣਦਾ ਹੈ ਕਿ ਡੀਜੀਸੀਏ ਵੱਲੋਂ ਜਾਰੀ ਸਰਕੂਲਰ ਦੇ ਮੁਤਾਬਕ ਇੰਟਰਨੈਸ਼ਨਲ ਫਲਾਈਟਸ ਨੂੰ ਕੁਝ 92 ਰੂਟਾਂ ਦੇ ਉੱਤੇ ਕੁਝ ਗਿਣਮੇ ਚੁਣਵੇਂ ਰੂਟ ਨੇ ਉਹਨਾਂ ਦੇ ਉੱਤੇ ਆਉਣ ਜਾਣ ਦੀ ਆਗਿਆ ਹੋਵੇਗੀ ਅਤੇ ਇਹ ਵੱਖੋ-ਵੱਖ ਮਾਮਲਿਆਂ ਤੇ ਵੀ ਨਿਰਪਰ ਕਰੇਗਾ ਜਿਹੜੇ ਮੁਲਕਾਂ ਦੇ ਵਿੱਚੋਂ ਬੰਦੇ ਭਾਰਤ ਮਿਸ਼ਨ ਦੇ ਤਹਿਤ ਫਲਾਈਟਸ ਚਲਾਈਆਂ ਜਾ ਰਹੇ ਨੇ ਉੱਥੇ ਜਾਇਆ ਜਾਵੇਗਾ ਪਰ ਜਿਵੇਂ ਲੱਗਦਾ ਸੀ ਕਿ 31 ਜੁਲਾਈ ਆਏਗੀ ਹੋ ਸਕਦਾ ਹੈ ਕਿ ਭਾਰਤ ਸਰਕਾਰ ਆਖੇ ਕਿ ਨਹੀਂ ਫਲਾਈਟਾਂ ਆਮ ਵਾਂਗ ਚੱਲਣਗੀਆਂ ਪਰ ਮੈਂ ਬੀਤੇ ਦਿਨਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਫਲਾਈਟ ਦੀ ਸਿਰਫ ਇਹ ਆ ਕਿ ਉਡਾਣ ਭਰ ਲੈਣੀ ਕਾਫੀ ਨਹੀਂ ਹੁੰਦੀ ਜਿਹੜੇ ਮੁਲਕ ਦੇ ਵਿੱਚ ਜਾ ਕੇ ਜਹਾਜ਼ ਨੇ ਲੈਂਡ ਕਰਨਾ ਹੈ ਉਤਰਨਾ ਹੈ ਜਿੱਥੋਂ ਵਾਸਤੇ ਲੋਕਾਂ ਨੇ ਸਫਰ ਕਰਨਾ ਉਥੋਂ ਦੀ ਸਰਕਾਰ ਦੀ ਸਹਿਮਤੀ ਵੀ ਲਾਜ਼ਮੀ ਹੁੰਦੀ ਹੈ ਬਹੁਤ ਸਾਰੇ ਮੁਲਕਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਪਰ ਬਹੁਤਿਆਂ ਨੇ ਹਾਲ ਤੀ ਕੜੀ ਜਵਾਬ ਦੇ ਦਿੱਤਾ ਜਿਸ ਕਰਕੇ ਇੰਟਰਨੈਸ਼ਨਲ ਫਲਾਈਟਸ ਆਵ-ਵਾਗ ਨਹੀਂ ਚੱਲ ਸਕਣਗੀਆਂ ਅਤੇ 31 ਅਗਸਤ ਤੋਂ ਬਾਅਦ ਕੋਈ ਨਵਾਂ ਐਲਾਨ ਹੋ ਸਕਦਾ ਹੈ ਅਗਲੀ ਖਬਰ ਹੈ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਸਰਕਾਰ ਹੈ ਤੇ ਕਈਆਂ ਸੂਬਿਆਂ ਦੇ ਵਿੱਚ ਵੀ ਹੈ ਜਿਹੜੇ ਸੂਬੇ 'ਚ ਸਰਕਾਰ ਹੈ ਵੀ ਨਹੀਂ ਭਾਰਤੀ ਜਨਤਾ ਪਾਰਟੀ ਤੇ ਸਹਿਯੋਗੀਆਂ ਨੂੰ ਉੱਥੇ-ਉੱਥੇ ਵੀ ਤਿੰਨੇ ਖੇਤੀ ਕਾਨੂੰਨਾਂ ਦੇ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੁਣ ਖਬਰ ਇਸੇ ਤਰ੍ਹਾਂ ਦੀ ਆ ਰਹੀ ਹੈ ਕਿ ਇੱਕ ਭਾਜਪਾ ਦੇ ਲੀਡਰ ਨੂੰ ਕੁੱਟਿਆ ਵੀ ਗਿਆ ਉਹਦੇ ਕੱਪੜੇ ਵੀ ਉਤਾਰ ਦਿੱਤੇ ਗਏ ਆ ਅਤੇ ਕਿਸਾਨਾਂ 'ਤੇ ਜਮ ਕੇ ਲਾਠੀ ਚਾਰਜ ਵੀ ਹੋਇਆ ਹੈ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਦੇ ਵਿੱਚੋਂ ਖਬਰ ਮਿਲੀ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਭਾਜਪਾ ਦਾ ਇੱਕ ਲੀਡਰ ਕਲਾਸ਼ ਮੇਘਵਾਲ ਉਹਦੇ ਨਾਲ ਤਕਰਾਰ ਕੀਤੀ ਤੇ ਉਹਦੇ ਕੱਪੜੇ ਤੱਕ ਪਾੜ ਦਿੱਤੇ ਪਤਾ ਲੱਗਿਆ ਕਿ ਇਹ ਘਟਨਾ ਉਸ ਵਕਤ ਘਟੀ ਜਦੋਂ ਮੇਘਵਾਲ ਮਹਿੰਗਾਈ ਅਤੇ ਸਿੰਚਾਈ ਨੂੰ ਲੈ ਕੇ ਭਾਜਪਾ ਦੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਵਾਸਤੇ ਆਏ ਸੀ ਕਿਉਂਕਿ ਉੱਥੇ ਕਾਂਗਰਸ ਦੀ ਸਰਕਾਰ ਹੈ ਕੇਂਦਰ ਸਰਕਾਰ ਨੇ ਤੁਹਾਨੂੰ ਚੇਤਾ ਹੁਣਾ ਹੈ ਕਿ ਬੀਤੇ ਵਰੇ ਤਿੰਨ ਨਵੇਂ ਖੇਤੀ ਕਾਨੂੰਨ ਥੋਪ ਦਿੱਤੇ ਸਨ ਜਿਸ ਦਾ ਰੌਲਾ ਪੈ ਗਿਆ 8 ਮਹੀਨੇ ਤੋਂ ਜ਼ਿਆਦਾ ਕਿਸਾਨਾਂ ਨੂੰ ਸਰਹੱਦਾਂ ਤੇ ਬੈਠਿਆਂ ਨੂੰ ਹੋ ਗਿਆ ਹੈ ਕਈਆਂ ਰਾਜਾਂ ਦੇ ਵਿੱਚ ਤਾਂ ਇਸ ਕਦਰ ਵਿਰੋਧ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਆਗੂਆਂ ਦਾ ਆਪਣੇ ਦਫ਼ਤਰਾਂ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੈ ਹੁਣ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਰੋਲ ਰਹੇ ਨੇ ਪ੍ਰਦਰਸ਼ਨ ਕਰ ਰਹੇ ਨੇ ਡਾਂਗਾਂ ਉਹਨਾਂ ਦੀਆਂ ਉੱਥੇ ਬੜੀਆਂ ਫਿਰੀਆਂ ਨੇ ਕਈਆਂ ਤੇ ਮੁਕੱਦਮੇ ਦਰਜ ਹੋਏ ਐ ਪਰ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਉੱਤੇ ਤਾਂ ਕਹਿੰਦੇ ਅਸੀਂ ਸੋਚਣਾ ਵੀ ਨਹੀਂ ਘੱਟੋ ਘੱਟ ਸਮਰਥਨ ਮਿਲਦਾ ਕਾਨੂੰਨ ਤੇ ਨਾਲ ਖੇਤੀ ਕਾਨੂੰਨ ਰੱਦ ਕਰਨ ਦੇ ਬਾਬਤ ਕਿਸਾਨ ਆਪਣੀ ਮੰਗ ਤੇ ਬੈਠੇ ਐ ਹਰਿਆਣਾ ਚ ਪੰਜਾਬ ਚ ਰਾਜਸਥਾਨ ਚ ਕਈਆਂ ਹੋਰ ਨਾ ਸੂਬਿਆਂ ਦੇ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਨੇ ਆਖਿਆ ਕਿ ਜਿੱਥੇ ਵੀ ਭਾਜਪਾ ਲੀਡਰ ਤੁਹਾਨੂੰ ਮਿਲਣਾ ਉਹਨਾਂ ਦਾ ਵਿਰੋਧ ਕਰੋ ਉਹਨਾਂ ਦਾ ਘਿਰਾਓ ਕਰੋ ਤਾਂ ਕਿ ਇਹ ਪ੍ਰੈਸ਼ਰ ਬਣਿਆ ਰਹੇ ਆ ਜਿਹੜੀ ਘਟਨਾ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਪਤਾ ਲੱਗਿਆ ਕਿ ਇਹ ਘਟਨਾ ਉਸ ਵਕਤ ਵਾਪਰੀ ਜਦੋਂ ਮੇਗਵਾਲ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਕਲਾਸ਼ ਮੇਗਵਾਲ ਨਾਲ ਦੱਸਿਆ ਜਾ ਰਿਹਾ ਕਿ ਉੱਥੇ ਹੱਥੋ ਪਾਈ ਤੱਕ ਦੀ ਨੌਬਤ ਆ ਗਈ ਪੁਲਿਸ ਮੌਕੇ ਤੇ ਪਹੁੰਚੀ ਫਿਰ ਕਿਤੇ ਸਥਿਤੀ ਨੂੰ ਕਾਬੂ ਕੀਤਾ ਗਿਆ ਕੁਝ ਸਮੇਂ ਬਾਅਦ ਭਾਜਪਾ ਨੇਤਾ ਕਲਾਸ਼ ਮੇਗਵਾਲ ਨੇ ਪੁਲਿਸ ਨੂੰ ਕਿਸਾਨਾਂ ਦੀ ਭੀੜ ਤੋਂ ਕਹਿੰਦੇ ਬਚਾਇਆ ਵੀ ਹੈ ਇਹ ਆਪਣੇ ਆਪ ਹੈਰਾਨੀ ਹੈ ਪੁਲਿਸ ਉਸ ਵਕਤ ਲਾਠੀ ਚਾਰਜ ਕਰ ਰਹੀ ਸੀ ਪਰ ਇੱਥੇ ਕੁਝ ਇੱਕ ਗੱਲਾਂ ਹੋਰ ਦੱਸਣ ਵਾਲੀਆਂ ਨੇ ਸ਼ਾਇਦ ਤੁਹਾਨੂੰ ਯਾਦ ਵੀ ਹੋਣਾ ਕਿ ਪੰਜਾਬ ਚ ਪੈਂਦਾ ਸ਼ਹਿਰ ਮਲੋਟ ਮਲੋਟ ਦੇ ਵਿੱਚ ਵੀ ਲਗਭਗ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ ਉੱਥੇ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨ ਪਹੁੰਚੇ ਜਦੋਂ ਪਤਾ ਲੱਗਾ ਕਿ ਭਾਜਪਾ ਦੇ ਵਿਧਾਇਕ ਅਰਣ ਨਾਰੰਗ ਪਹੁੰਚੇ ਨੇ ਉਹਨਾਂ ਨਾਲ ਟਕਰਾਰ ਹੋਇਆ ਸੀ ਕੁੱਟਮਾਰ ਹੋਈ ਸੀ ਕੱਪੜੇ ਪਾੜ ਦਿੱਤੇ ਸਨ ਤੇ ਘੱਟੋ ਘੱਟ 200 ਤੋਂ 300 ਕਿਸਾਨ ਸਨ ਜਿਨ੍ਹਾਂ ਦੇ ਖਿਲਾਫ ਮਕਦਮਾ ਦਰਜ ਕਰ ਲਿਆ ਸੀ ਉਹਦੇ ਤੋਂ ਬਾਅਦ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਵੀ ਸੀ ਕਾਂਗਰਸ ਦੇ ਉੱਤੇ ਭਾਜਪਾ ਨੇ ਹਮਲਾਵਰ ਰੁਖ ਵੀ ਅਪਣਾਇਆ ਸੀ ਤੇ ਕਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਉਸ ਮਾਮਲੇ ਦੇ ਵਿੱਚ ਅਗਵਾਈ ਕਰਨ ਦੇ ਆਦੇਸ਼ ਵੀ ਦਿੱਤੇ ਸਨ ਏਸੀ ਤਰ੍ਹਾਂ ਭਾਜਪਾ ਦੇ ਸਾਬਕਾ ਵਿਧਾਇਕ ਦੇ ਨਾਲ Rajasthan Haryana Srahate Shahjahanpur ਦੇ ਵਿੱਚ ਵੀ ਹੱਥੋਂ ਪਾਈਆਂ ਖਬਰਾਂ ਉਹਨਾਂ ਦੀ ਗੱਡੀ ਨੂੰ ਪੰਨ ਤੋੜ ਕਰਨੀਆਂ ਖਬਰਾਂ ਬੀਤੇ ਐਤਵਾਰ ਨੂੰ ਆਈਆਂ ਸੀ ਉਹ ਭਾਜਪਾ ਦੇ ਸਾਬਕਾ ਵਿਧਾਇਕ ਵੀ ਨੇ ਅਤੇ ਫੌਜੀ ਕਲਿਆਣ ਬੋਰਡ Rajasthan ਦੇ ਸਾਬਕਾ ਚੇਅਰਮੈਨ ਨਾਮ ਸੀ ਉਹਨਾਂ ਦਾ ਪ੍ਰੇਮ ਸਿੰਘ ਮਜੌਰ ਉਨ੍ਹਾਂ ਦੇ ਨਾਲ ਵੀ ਇਹ ਘਟਨਾ ਵਾਪਰੀ ਸੀ ਰਾਜਪੁਰਾ ਦੀ ਘਟਨਾ ਵੀ ਤੁਹਾਨੂੰ ਯਾਦ ਕਰਵਾ ਦਿੰਨੇ ਆ ਰਾਜਪੁਰਾ ਦੇ ਵਿੱਚ ਕਿਸਾਨਾਂ ਨੇ ਆਖਿਆ ਸੀ ਕਿ ਭਾਈ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਦੱਸ ਦਿੱਤਾ ਕਿ ਕੋਈ ਭਾਜਪਾ ਦਾ ਲੀਡਰ ਇੱਥੇ ਮੀਟਿੰਗ ਮੂਟਿੰਗ ਕਰਨਾ ਆਵੇ ਪਰ ਇਹਦੇ باوجود ਵੀ ਉਹ ਆਏ ਕਿਸਾਨਾਂ ਤੇ ਭਾਜਪਾਈਆਂ ਦੇ ਵਿਚਕਾਰ ਤਣਾਅ ਦੀ ਸਥਿਤੀ ਪੈਦਾ ਹੋਈ ਸੀ ਪਤਾ ਲੱਗਿਆ ਸੀ ਕਿ ਭਾਜਪਾ ਦੇ ਉਸ ਲੀਡਰ ਨੇ ਪਹਿਲਾਂ ਗਾਲੀ-ਗਲੋਚ ਵੀ ਕੀਤੀ ਸੀ ਨਾਲ ਚੈਲੰਜ ਵੀ ਕਰ ਦਿੱਤਾ ਸੀ ਸੋ ਇਹਦੇ ਨਾਲ ਇੱਕ ਗੱਲ ਤਾਂ ਜ਼ਰੂਰ ਹੈ ਕਿ ਲੋਕਾਂ ਵਿੱਚ ਗੁੱਸਾ ਵੀ ਹੈ ਤੇ ਆ ਜਿਹੜੇ ਲੋਕਲ ਲੀਡਰ ਨੇ ਇਹ ਉੱਪਰ ਜਾ ਕੇ ਕਹਿੰਦੇ ਵੀ ਕੁਝ ਨਹੀਂ ਪਰ ਦੂਸਰੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹ ਆ ਕਿ ਦੇਖਿਓ ਵੀਰਿਓ ਭਾਈ ਚਾਰਕਾਂ ਸਾਂਝਾਂ ਸਾਡੀਆਂ ਬਹੁਤ ਕਮਾਲ ਦੀਆਂ ਨੇ ਉਹ ਭਾਵੇਂ ਰਾਜਸਥਾਨ ਹੋਵੇ ਹਰਿਆਣਾ ਹੋਵੇ ਯੂਪੀ ਹੋਵੇ ਪੰਜਾਬ ਹੋਵੇ ਜਾਂ ਕੋਈ ਸੂਬਾ ਹੋਵੇ ਹੋਰ ਤੋੜਨਾ ਬੈਠਿਓ ਆ ਰਾਜਨੀਤਿਕ ਲੀਡਰਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਠੀਕ ਹੈ ਸੰਯੁਕਤ ਕਿਸਾਨ ਮੋਰਚਾ ਸਮੇਂ-ਸਮੇਂ ਤੇ ਤੁਹਾਨੂੰ ਕਹਿੰਦਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰੋ ਅਸਲ ਦੇ ਵਿੱਚ ਇਸ ਸੰਘਰਸ਼ ਦਾ ਸਭ ਤੋਂ ਵੱਡਾ ਹਥਿਆਰ ਹੈ ਵੀ ਸ਼ਾਂਤਮਈ ਹੁਣ ਪੰਜਾਬ ਦੇ ਵਿੱਚ ਚੋਣਾਂ ਨੇ ਚੋਣਾਂ ਨੂੰ ਲੈ ਕੇ ਹਰ ਕੋਈ ਪਾਰਟੀ ਚਾਹੁੰਦੀ ਹੈ ਕਿ ਚੋਣਾਂ ਜਿੱਤੀਆਂ ਜਾਣ ਪਰ ਆਮ ਆਦਮੀ ਪਾਰਟੀ ਕਿਸਤੇ ਪੱਬੇ ਨਹੀਂ ਲਕਣਦੇ ਰਹੀ ਤੁਹਾਨੂੰ ਯਾਦ ਹੋਣਾ ਹੈ ਕਿ ਦੋ ਟਰਮਾਂ ਚਲਾਉਣ ਵਾਲੀ ਸਰਕਾਰ ਪਾਰਟੀ ਸੀਗੀ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਪਿਛਲੀ ਵਾਰੀ ਵਿਰੋਧੀ ਧਿਰ ਦਾ ਉਹ ਰਤਬਾ ਵੀ ਪ੍ਰਾਪਤ ਨਹੀਂ ਸੀ ਕਰ ਸਕੇ ਕਾਂਗਰਸ ਵਾਲਾਂ ਦੀ ਸਥਿਤੀ ਤੁਹਾਨੂੰ ਪਤਾ ਬੜੀ ਮਜ਼ਬੂਤ ਹੋ ਕੇ ਨਿਭੜੀ ਸੀ ਪਿਛਲੀ ਵਾਰ ਪਰ ਐਤਕੀ ਸਥਿਤੀ ਕੀ ਹੈ ਤੁਹਾਨੂੰ ਦੱਸਾਂ ਦੀ ਲੋੜ ਨਹੀਂ ਹੁਣ ਬੀਤੇ ਦਰਾਂ ਦੇ ਵਿੱਚ ਅਕਾਲੀਆਂ ਨੇ ਤੇ ਵਸਪਾ ਵਾਲਿਆਂ ਨੇ ਗੱਠ ਜੋੜ ਕਰ ਲਿਆ ਸੀ ਪਰ ਲੋਕ ਉਹਨਾਂ ਨੂੰ ਹਲੇ ਮੂੰਹ ਹੀ ਨਹੀਂ ਲਾ ਰਹੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹਨੂੰ ਦੇਖ ਕੇ ਲੋਕ ਮੂੰਹ ਕਮਾ ਲਿੰਦੇ ਆ ਤੇ ਫਿਰ ਰਹਿਦਾ ਕੌਣਾ ਹੁਣ ਰਹਿੰਦੀ ਆ ਤੀਸਰੀ ਧਿਰ ਆ ਆਮ ਆਦਮੀ ਪਾਰਟੀ ਕਿ ਉਹ ਇੰਨੀ ਕੁ ਸਿਆਣਪ ਨਾਲ ਸੂਝ-ਬੂਝ ਨਾਲ ਲੋਕਾਂ ਦੇ ਮੁੱਦੇ ਚੁੱਕਣਗੇ ਜਾ ਲੋਕਾਂ ਨੂੰ ਉਸ ਤਰ੍ਹਾਂ ਦੇ ਉਮੀਦਵਾਰ ਦੇਣਗੇ ਜਿਹੜੇ ਲੋਕਾਂ ਦੀ ਗੱਲ ਕਰ ਸਕਣ ਇਹ ਹਲੇ ਸਮਾਂ ਦੱਸੂ ਪਰ ਦਿੱਲੀ ਦੇ ਵਿੱਚ ਤਿੰਨ ਵਾਰ ਇਤਿਹਾਸਕ ਜਿੱਤ ਦਰਜ ਕੀਤੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਨੇ ਤੇ ਅਗਲੇ ਵਾਰ ਇਹ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਉਹਨੂੰ ਲੈ ਕੇ ਲੱਗਦਾ ਕਿ ਆਪ ਕਾਫੀ ਗੰਭੀਰ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਤੇ ਪਹਿਲੀ ਵਾਰ 2017 ਦੇ ਵਿੱਚ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਅਤੇ 20 ਸੀਟਾਂ ਤੇ ਜਿੱਤ ਦਰਜ ਕੀਤੀ ਅਤੇ ਅਫੀਸ਼ੀਅਲ اپੋਜੀਸ਼ਨ ਪਾਰਟੀ ਬਣੀ ਦੂਸਰੀ ਵੱਡੀ ਪਾਰਟੀ ਬਣੀ ਤੇ ਹੁਣ ਅਗਲੇ ਸਾਲ ਵਿਧਾਨ ਸਭਾ ਚੋਣਾਂ ਨੇ ਕਾਂਗਰਸ ਨੂੰ ਉਹ ਹਰਾ ਕੇ ਪਛਾੜ ਕੇ ਪੰਜਾਬ ਦੇ ਵਿੱਚ ਸੱਤਾ ਦਾ ਸੁਪਨਾ ਇਹ ਵੀ ਦੇਖ ਰਹੇ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੋਂ ਬਾਅਦ ਹੁਣ ਕਾਂਗਰਸ ਤੋਂ ਵੀ ਬੇਹੱਦ ਪਰੇਸ਼ਾਨ ਨੇ ਅਤੇ ਅਸਲ ਦੇ ਵਿੱਚ ਲੋਕ ਬਦਲਾਅ ਵੀ ਚਾਹੁੰਦੇ ਆ ਅਤੇ ਬਦਲਾਅ ਦੇ ਰੂਪ ਵਿੱਚ ਕਿਹਨੂੰ ਦੇਖ ਰਹੇ ਨੇ ਕਿ ਅਕਾਲੀ ਵੀ ਦੇਖ ਲਈ ਭਾਜਪਾ ਵੀ ਦੇਖ ਲਈ ਕਾਂਗਰਸ ਵੀ ਦੇਖ ਲਈ ਦੇਖਿਆ ਕੌਣ ਨਹੀਂ ਹਲੇ ਦੇਖੀ ਆਮ ਆਦਮੀ ਪਾਰਟੀ ਨਹੀਂ ਉਹਨਾਂ ਨੂੰ ਲੱਗਦਾ ਕਿ ਲੋਕ ਸਾਨੂੰ ਇੱਕ ਮੌਕਾ ਜ਼ਰੂਰ ਦੇਣਗੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਤੁਲਨਾ ਦੇ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇਸ ਵਕਤ ਚੋਣਾਂ ਦੇ ਮੋੜ ਦੇ ਵਿੱਚ ਲੱਗਦੀ ਹੈ ਇਹਦੇ ਤਹਿਤ ਹੀ ਅ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਮ੍ਹਾਂ ਆਖਾਂ ਕਿ ਕੇਜਰੀਵਾਲ ਦੀ ਸਰਕਾਰ ਨੇ ਕੇਂਦਰ ਦੇ ਨਵੇਂ ਕਾਨੂੰਨ ਵਾਪਸ ਲੈ ਜਾਣ ਦੀ ਮੰਗ ਨੂੰ ਲੈ ਕੇ ਸਦਨ ਦੇ ਵਿੱਚ ਪ੍ਰਸਤਾਵ ਪਾਸ ਕਰ ਦਿੱਤਾ ਇਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਪ ਵੱਲੋਂ ਵੱਡਾ ਮਾਸਟਰ ਸਟ੍ਰੋਕ ਮੰਨਿਆ ਜਾ ਰਿਹਾ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਇਹਦੇ ਤੋਂ ਪਹਿਲਾਂ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕਰਕੇ ਵੀ ਕੇਜਰੀਵਾਲ ਨੇ ਸਾਰੀਆਂ ਵਿਰੋਧੀ ਧਿਰਾਂ ਨੂੰ ਕਰੰਟ ਮਾਰਿਆ ਸੀ ਹੁਣ ਇਹ ਦੂਸਰਾ ਮਾਸਟਰ ਸਟ੍ਰੋਕ ਹੈ ਇਹਨਾਂ ਦੋਵਾਂ 'ਚ ਪੰਜਾਬ 'ਚ ਜਦੋਂ ਵੇਖਦੇ ਆ ਕਿ ਕੌਣ ਫਾੜੀ ਤੇ ਕੌਣ ਬਿੱਤੀ ਹੋ ਸਕਦਾ ਇਹ ਤਾਂ ਲੋਕਾਂ ਨੇ ਵੇਖਣਾ ਪਰ ਹਾਲ ਦੀ ਘੜੀ ਸੱਤਾ ਤਾਰੀ ਧਿਰ ਵੀ ਤੇ ਜਿਹੜੇ ਅਕਾਲੀ ਨੇ ਉਹ ਵੀ ਉਹ ਵੇਖ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਅਸੀਂ ਭੱਜ ਕੇ ਮੁਕਾਬਲਾ ਕਿਵੇਂ ਕਰੀਏ ਉਹ ਮਾਸਟਰ ਸਟ੍ਰੋਕ ਮਾਰਦਾ ਤੇ ਬਾਅਦ ਦੇ ਵਿੱਚ ਦੂਸਰਿਆਂ ਨੂੰ ਐਲਾਨ ਕਰਨੇ ਪੈਂਦੇ ਆ ਹੁਣ ਆਹ ਜਿਹੜੀ ਗੱਲ ਆਖ ਦਿੱਤੀ ਕਿ ਅਸੀਂ ਦਿੱਲੀ ਵਿਧਾਨ ਸਭਾ ਦੇ ਵਿੱਚ ਤਾਂ ਮਤਾ ਪਾਸ ਕਰ ਦਿੱਤਾ ਕਿ ਇਹ ਰੱਦ ਹੋਣ ਪਰ ਹਾਲ ਦੀ ਘੜੀ ਲੋਕ ਵੇਖ ਰਹੇ ਨੇ ਕਿ ਹੁਣ ਸ਼ਾਇਦ ਪੰਜਾਬ ਵਾਲੇ ਵੀ ਕਰ ਦੇਣ ਪਰ ਫਿਰ ਉਹ ਕੱਲ-ਕੱਲ ਨੂੰ ਪ੍ਰੈਸ ਕਾਨਫਰੰਸ ਕਰਕੇ ਕਹਿਣਗੇ ਕਿ ਜਿੰਨੀ ਦੇਰ ਅਸੀਂ ਨਹੀਂ ਕੀਤਾ ਉੰਨੀ ਦੇਰ ਪੰਜਾਬ ਵਾਲਿਆਂ ਨੇ ਨਹੀਂ ਕੀਤਾ ਹੁਣ ਵੇਖਾਂਗੇ ਕਿ ਕੇਜਰੀਵਾਲ ਦੇ ਇਸ ਐਲਾਨ ਤੋਂ ਬਾਅਦ ਕੱਪਣ ਅਮਰਿੰਦਰ ਸਿੰਘ ਦੀ ਸਰਕਾਰ ਇਸ ਤਰ੍ਹਾਂ ਕਰੇਗੀ ਜਾਂ ਨਹੀਂ ਪਰ ਹੁਣ ਇਹ ਜ਼ਰੂਰ ਪਤਾ ਲੱਗ ਰਿਹਾ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਰਣਨੀਤੀਕਾਰ ਨੇ ਉਹ ਮੰਨਦੇ ਐ ਕਿ ਪਾਰਟੀ ਨੇ ਪੰਜਾਬ ਦੇ ਵਿੱਚ ਠੀਕ ਤਰ੍ਹਾਂ ਨਾਲ ਜੇਕਰ ਚੋਣਾਂ ਲੜੀਆਂ ਤਾਂ ਕਾਂਗਰਸ ਨੂੰ ਗੱਦੀੋਂ ਲਾ ਸਕਦੇ ਐ ਤੇ ਸੱਤਾ ਹਾਸਲ ਕਰ ਸਕਦੇ ਐ ਇਸ ਤਰ੍ਹਾਂ ਦਿੱਲੀ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਦੂਸਰੇ ਦਿਨ ਆਮ ਆਦਮੀ ਪਾਰਟੀ ਨੇ ਜਿਹੜਿਆ ਸਰਕਾਰ ਦੇ ਤਿੰਨ ਹੀ ਖੇਤੀ ਕਾਨੂੰਨ ਵਾਪਸ ਲੈ ਜਾਣ ਦੀ ਮੰਗ ਨੂੰ ਲੈ ਕੇ ਸਦਨ ਦੇ ਵਿੱਚ ਪ੍ਰਸਤਾਵ ਪਾਸ ਕਰ ਦਿੱਤਾ ਇਹਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਤੇ ਨਾਲ ਮੰਨਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਖੁਦ ਮੋਰਚਾ ਪ੍ਰਚਾਰ ਵਾਲਾ ਸੰਭਾਲਣਗੇ ਉਹ ਲਗਾਤਾਰ ਤਿੰਨ ਵਾਰ ਦਿੱਲੀ ਦੀ ਵਿਧਾਨ ਸਭਾ ਚੋਣਾਂ ਦੇ ਵਿੱਚ ਬਤੌਰ ਮੁਖੀ ਆਮ ਆਦਮੀ ਪਾਰਟੀ ਨੂੰ ਜਿੱਤ ਦਿਵਾ ਚੁੱਕੇ ਹੈ ਤੇ ਹੁਣ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਪੰਜਾਬ ਦਾ ਹੋਊਗਾ ਸਿੱਖ ਭਾਈਚਾਰੇ ਵਿੱਚੋਂ ਹੋਊਗਾ ਪੰਜਾਬ ਦਾ ਰਹਿਣ ਵਾਲਾ ਹੋ ਕਿਉਂਕਿ ਕਿਤੇ ਹੋ ਸਕਦਾ ਕੱਲ੍ਹ ਕਰੋਂ ਲੋਕ ਸੋਚਣ ਕਿ ਸ਼ਾਇਦ ਆਮ ਆਦਮੀ ਪਾਰਟੀ ਦਾ ਜੇਕਰ ਚੇਰਾ ਮੋਰਾ ਮੁੱਖ ਮੰਤਰੀ ਦਾ ਹੋਇਆ ਤਾਂ ਉਹ ਅਰਵਿੰਦ ਕੇਜਰੀਵਾਲ ਹੋਣਗੇ ਪਿਛਲੀਆਂ ਗਲਤੀਆਂ ਨੂੰ ਇਸ ਵਾਰ ਉਹ ਸੁਧਾਰ ਕੇ ਚੱਲਣਾ ਚਾਹੁੰਦੇ ਆ ਪਰ ਵੇਖਾਂਗੇ ਕਿ ਪੰਜਾਬ ਦੇ ਲੋਕ ਉਹਨਾਂ ਦੇ ਇਸ ਮਾਸਟਰ ਸਟ੍ਰੋਕ ਨੂੰ ਕਿਵੇਂ ਲੈਂਦੇ ਆ ਤੇ ਵਿਰੋਧੀ ਧਿਰਾਂ ਇਸ ਸਮੱਸਲੇ ਦੇ ਉੱਤੇ ਕੀ ਕਹਿੰਦੀਆਂ ਨੇ ਅਗਲੀ ਖਬਰ ਕਈ ਵਾਰੀ ਹਾਸੇ ਦਾ ਤਮਾਸ਼ਾ ਹੋ ਜਾਂਦੀ ਹੈ ਇੱਕ ਬੱਚੇ ਨੂੰ ਐਕਟਿੰਗ ਕਰਨੀ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦੀ ਕਾਫੀ ਮਹਿੰਗੀ ਪੈ ਗਈ ਹੈ ਭਾਵੇਂ ਇਹ ਬੱਚਾ ਕਦੇ ਸਕੂਲ ਵਿੱਚ ਨਹੀਂ ਸੀ ਗਿਆ ਪਰ 10 ਵਰਿਆਂ ਦੇ ਸ਼ਿਵਮ ਨੂੰ ਸਰਦਾਰ ਭਗਤ ਸਿੰਘ ਦੀ ਕੁਰਬਾਨੀ ਦੇ ਬਾਬਤ ਉਹਨਾਂ ਦੀ ਜੀਵਨੀ ਦੇ ਬਾਬਤ ਕਾਫੀ ਕੁਝ ਪਤਾ ਸੀ ਉਹਨੇ ਆਪਣੇ ਅਸਲ ਦੇ ਵਿੱਚ ਪਰਿਵਾਰਕ ਮੈਂਬਰਾਂ ਤੋਂ ਬੜੀਆਂ ਕ੍ਰਾਂਤੀਕਾਰੀਆਂ ਦੀਆਂ ਕਹਾਣੀਆਂ ਸੁਣੀਆਂ ਸੀ ਅਤੇ ਉਹਨਾਂ ਕਹਾਣੀਆਂ ਨੂੰ ਆਪਣੀ ਅਦਾਕਾਰੀ ਦੇ ਰਾਹੀਂ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਸੀ ਆ ਵੀਰਵਾਰ ਵਾਲੇ ਦਿਨ ਪਤਾ ਲੱਗਿਆ ਕਿ ਆਪਣੇ ਦੋਸਤਾਂ ਦੀ ਉਹਨੇ ਇੱਕ ਟੋਲੀ ਬਣਾਈ ਤੇ ਉਹ ਇੱਕ ਨਾਟਕ ਖੇਡਣਾ ਚਾਹੁੰਦੇ ਸੀ ਬਲੀਦਾਨੀ ਭਗਤ ਸਿੰਘ ਉਹਦੀ ਰਿਹਰਸਲ ਕਰ ਲੱਗ ਪਈ ਜਿਸ ਤਰ੍ਹਾਂ ਭਗਤ ਸਿੰਘ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ ਉਸੇ ਤਰੀਕੇ ਨਾਲ ਉਹ ਅਦਾਕਾਰੀ ਕਰਨ ਲੱਗ ਪਿਆ ਪਰ ਸ਼ਾਇਦ ਪ੍ਰਮਾਤਮਾ ਨੂੰ ਆਖਾਂ ਮੌਤ ਨੂੰ ਆਖਾਂ ਜਾਂ ਕਾਲ ਨੂੰ ਆਖਾਂ ਕੁਝ ਹੋਰ ਮਨਜ਼ੂਰ ਸੀ ਉਸ ਸੰਕੇਤਕ ਰੂਪ ਨਾਲ ਨਹੀਂ ਇਹ ਬੱਚਾ ਸੀ 10 ਵਰਿਆਂ ਦਾ ਅਸਲ ਤਰੀਕੇ ਨਾਲ ਹੀ ਫਾਹੇ ਤੇ ਝੂਲ ਗਿਆ ਆਪਣੇ ਮਿੱਤਰਾਂ ਦੇ ਸਾਹਮਣੇ ਕਾਫੀ देर ਤੜਫਦਾ ਰਿਹਾ ਸਾਥੀਆਂ ਨੂੰ ਇਸ਼ਾਰੇ ਵੀ ਕਰਦਾ ਰਿਹਾ ਮਾਸੂਮ ਸੀ ਸਮਝਾ ਨਹੀਂ ਸਕਿਆ ਤੇ ਉਹ ਵੀ ਮਾਸੂਮ ਸੀ ਸਮਝ ਨਹੀਂ ਸਕੇ ਉਹਨਾਂ ਨੇ ਸੋਚਿਆ ਕਿ ਸ਼ਾਇਦ ਐਕਟਿੰਗ ਹੀ ਇੰਨੀ ਵਧੀਆ ਕਰ ਰਿਹਾ ਹੈ ਬਸ ਚੰਦ ਕਮੈਂਟਾਂ ਦੀ ਖੇਡ ਸੀ ਸ਼ਿਭਮ ਸ਼ਾਂਤ ਹੋ ਗਿਆ ਉਹਦੀ ਜਾਨ ਚਲੀ ਗਈ ਯੂਪ ਵਿੱਚ ਪੈਂਦਾ ਵਦਾਊ ਜ਼ਿਲ੍ਹਾ ਵਦਾਊ ਜ਼ਿਲ੍ਹੇ ਦੇ ਪਿੰਡ ਵਾਵਟ ਪੂਰੇ ਲਾਲ ਅਤੇ ਆਰਥਿਕ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਆ ਪਰਿਵਾਰ ਦਾ ਮਾਹੌਲ ਕਹੀਏ ਜਾਂ ਆਰਥਿਕ ਉਹਨਾਂ ਦੀ ਮਜਬੂਰੀ ਕਹੀਏ ਕੁਝ ਵੀ ਆਖ ਲਓ ਉਹ ਆਪਣੇ ਇਕਲੌਤੇ ਪੁੱਤਰ ਸ਼ਿਵਮ ਨੂੰ ਸਕੂਲ ਨਹੀਂ ਸੀ ਭੇਜ ਸਕੇ ਪਰ ਕਹਾਣੀਆਂ ਕ੍ਰਾਂਤੀਕਾਰੀ ਨੇ ਸੁਣਾਉਂਦੇ ਰਹੇ। ਜ਼ਿਆਦਾਤਰ ਇਹ ਵੀ ਪਤਾ ਲੱਗਿਆ ਕਿ ਇਹ ਬੱਚਾ ਆਪਣੀ ਨਾਨੀ ਦੇ ਘਰ ਵਿੱਚ ਰਹਿੰਦਾ ਸੀ, ਗੁਜ਼ਾਰਦਾ ਸੀ। ਬੀਤੇ ਮਹੀਨਿਆਂ ਮਾਤਾ-ਪਿਤਾ ਕੋਲ ਆਇਆ। ਉਹਦੇ ਤੋਂ ਬਾਅਦ ਨਾਨੀ ਦੇ ਮੁੜ ਕੇ ਜਾ ਨਾ ਸਕਿਆ। ਦੋਸਤਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਭਗਤ ਸਿੰਘ ਦੇ ਬਾਬਤ ਬੜਾ ਕੁਝ ਜਾਣਦਾ ਹਾਂ। ਮੈਂ ਖੁਦ ਭਗਤ ਸਿੰਘ ਬਣਾਵਾਂਗਾ, ਆਪਾਂ ਉਹ ਨਾਟਕ ਕਰਾਂਗੇ। ਤੇ ਮਾਪੇ ਖੇਤਾਂ ਦੇ ਵਿੱਚ ਕੰਮ ਕਰਨ ਗਏ ਹੋਏ ਸੀ। ਦੁਪਹਿਰ ਦੇ ਤਕਰੀਬਨ 2:00 ਵਜੇ ਸੀ ਸ਼ਿਬਮ ਦੇ ਦੋਸਤ ਉਹਨਾਂ ਦੇ ਘਰ ਆਏ ਉਹਨਾਂ ਦੱਸਿਆ ਕਿ 15 ਅਗਸਤ ਭਾਰਤ ਦਾ ਆਜ਼ਾਦੀ ਦਿਹਾੜਾ ਆਉਣ ਵਾਲਾ ਹੈ 15 ਅਗਸਤ ਵਾਲੇ ਦਿਨ ਨਾਟਕ ਦਾ ਮੰਚਨ ਹੁੰਦਾ ਹੈ ਆਓ ਆਪਾਂ ਇਹਦੀ ਰਿਹਸਲ ਕਰੀਏ ਸ਼ਿਬਮ ਉਹਨਾਂ ਦੀ ਗੱਲ ਵਿੱਚ ਆ ਕੇ ਨਾਟਕ ਦੇ ਵਿੱਚ ਹਿੱਸਾ ਲੈਣ ਵਾਸਤੇ ਰਿਹਸਲ ਵਾਸਤੇ ਚਲਾ ਗਿਆ ਉੱਥੇ ਜਾ ਕੇ ਕਹਿੰਦਾ ਠੀਕ ਹੈ ਕਿ ਭਗਤ ਸਿੰਘ ਬਾਰੇ ਮੈਨੂੰ ਪਤਾ ਹੈ ਮੈਂ ਰੋਲ ਕਰ ਲੂੰਗਾ ਇਨਕਲਾਬ ਜਿੰਦਾਬਾਦ ਦੇ ਨਾਰੇ ਲੱਗਣ ਲੱਗੇ ਤੇ ਉਹ ਫਾਹੇ ਤੇ ਝੂਠ ਗਿਆ ਹੁਣ ਤੁਸੀਂ ਦੇਖੋ ਕਿ ਮੰਚ ਦਾ ਸੰਚਾਲਨ ਉਸੇ ਤਰੀਕੇ ਹੋ ਰਿਹਾ ਸੀ ਇਨਕਲਾਬ ਜਿੰਦਾਬਾਦ ਦੇ ਨਾਰੇ ਲੱਗ ਰਹੇ ਸੀ ਇਹ ਵੀ ਪਤਾ ਲੱਗਾ ਕਿ ਸ਼ਿਵਮ ਘਰ ਦੇ ਵਿੱਚੋਂ ਰੱਸੀ ਵੀ ਨਾਲ ਲੈ ਕੇ ਗਿਆ ਸੀ ਇੱਕ ਉਹਨੇ ਦਰਵਾਜ਼ੇ ਨਾਲ ਬੰਨ ਲਈ ਤੇ ਦੂਸਰੀ ਉਹਨੇ ਆਪਣੇ ਗਲ ਵਿੱਚ ਪਾ ਲਈ ਜਦੋਂ ਉਹਦੇ ਸਾਥੀਆਂ ਨੇ ਤੇ ਉਹਨੇ ਖੁਦ ਨਾਰਾ ਲਾਇਆ ਇਨਕਲਾਬ ਜਿੰਦਾਬਾਦ ਦਾ ਤਾਂ ਉਹਦੇ ਪੈਰਾਂ ਹੇਠ ਰੱਖਿਆ ਸਟੂਲ ਇੱਧਰ ਉੱਧਰ ਖਿਸਕ ਗਿਆ ਤੇ ਮੁਰਕੇ ਉਹਨੇ ਪੈਰ ਬਥੇਰੇ ਮਾਰੇ ਮੁਰਕੇ ਸਟੂਲ ਤੇ ਲੱਗੇ ਨਹੀਂ ਸਟੂਲ ਦੂਰ ਝੱਟ ਗਿਆ ਮਿੱਤਰਾਂ ਨੂੰ ਲੱਗਿਆ ਕਿ ਅਦਾਕਾਰੀ ਕਰਦੇ ਆ 52 ਮਿੰਟਾਂ ਦੇ ਵਿੱਚ ਵਿੱਚ ਉਹਦੇ ਪ੍ਰਾਣ ਪੰਖੇਰੂ ਉੜ ਗਏ ਅਸਲ ਦੇ ਵਿੱਚ ਉਹ ਨਾਟਕ ਨਹੀਂ ਸੀ ਕਰ ਰਿਆ ਉਹ ਸੱਚਮੁੱਚ ਫਾਂਸੀ ਦੇ ਫੰਦੇ ਤੇ ਝੂਰ ਗਿਆ ਤੇ ਸਰੀਰ ਉਹਦਾ ਠੰਡਾ ਪੈ ਗਿਆ ਸੀ ਜਦ ਬਾਕੀ ਉਹਦੇ ਦੋਸਤਾਂ ਮਿੱਤਰਾਂ ਨੇ ਛੋਟੀ ਉਮਰ ਦੇ ਸੀ ਵੇਖਿਆ ਕਿ ਸ਼ਿਵਮਨ ਤਾਂ ਹਲਚਲ ਖਤਮ ਹੋ ਗਈ ਉਹ ਚੀਖਦੇ ਚੀਖਦੇ ਭੱਜੇ ਆਲੇ ਦੁਆਲੇ ਦੇ ਲੋਕ ਆਏ ਉਹਨੂੰ ਰੱਸੀ ਤੋਂ ਲਟਕਦੇ ਨੂੰ ਲਾਹਿਆ ਗਿਆ ਤਾਂ ਵੇਖਿਆ ਕਿ ਉਹ ਇਸ ਜਹਾਨ ਤੋਂ ਉੜ ਚੁੱਕੇ ਆ ਉਹਦੇ ਪੰਖੀ ਉੜ ਚੁੱਕੇ ਨੇ ਉਹਦੀ ਮੌਤ ਹੋ ਚੁੱਕੀ ਹੈ ਆਪਣੇ ਆਪ ਦੇ ਵਿੱਚ ਬੜੀ ਇਹ ਮੰਦ ਭਾਗੀ ਘਟਨਾ ਹੈ ਕਈ ਵਾਰੀ ਬੱਚਿਆਂ ਨੂੰ ਨਾ ਨਾਟਕਾਂ ਤੋਂ ਵੇਖ ਕੇ ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਕਰਦੇ ਆ ਟੀਵੀ ਤੇ ਵੇਖ ਕੇ ਫਿਲਮਾਂ ਦੇ ਵਿੱਚ ਵੇਖ ਕੇ ਪਰ ਜਦੋਂ ਇਸ ਤਰ੍ਹਾਂ ਦੇ ਸਟੰਟ ਕਈਏ ਨਾਟਕ ਕਈਏ ਅਪੀਲ ਹੈ ਕਿ ਜੇ ਬੱਚੇ ਹੋ ਭਾਵੇਂ ਵੱਡੇ ਹੋ ਕਿਸੇ ਦੀ ਦੇਖ ਰੇਖ ਦੇ ਵਿੱਚ ਹੀ ਕੀਤੇ ਜਾਣ ਤੇ ਅਗਲੀ ਅੱਜ ਦੀ ਖਬਰ ਵੀ ਬੜੀ ਮਹੱਤਵਪੂਰਨ ਖਬਰ ਹੈ ਖੇਤੀ ਕਾਨੂੰਨਾਂ ਦੇ ਨਾਲ ਸੰਬੰਧਤ ਹੈ ਉਹਨਾਂ ਧਿਰਾਂ ਦੇ ਨਾਲ ਵੀ ਸੰਬੰਧਤ ਹੈ ਜਿਹੜੀਆਂ ਸਮੇਂ-ਸਮੇਂ ਤੇ ਕਹਿੰਦੀ ਨੇ ਕਿ ਖੇਤੀ ਕਾਨੂੰਨ ਚੰਗੇ ਐ ਪਰ ਬਹਿਸ ਦਾ ਸੱਦਾ ਦਿੱਤਾ ਸੀ ਖੁੱਲੀ ਚੁਣੌਤੀ ਸੀ ਖੁੱਲੀ ਬਹਿਸ ਵਾਸਤੇ ਆਓ ਭੱਜ ਹੀ ਗਏ ਐ ਇੱਕ ਫੋਰਮ ਬਣਿਆ ਹੋਇਆ ਹੈ ਉਹ ਹੈ ਕਿਰਤੀ ਕਿਸਾਨ ਫੋਰਮ ਕਿਰਤੀ ਕਿਸਾਨ ਫੋਰਮ ਨੇ ਦਾਵਾ ਕੀਤਾ ਹੈ ਕਿ ਤਿੰਨੇ ਹੀ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਭੁਗਤਣ ਵਾਲੀਆਂ ਕੁਝ ਰਾਜਨੀਤਿਕ ਧਿਰਾਂ ਅਖੌਤੀ ਬੁੱਧੀਜੀਵੀ ਉਹਨਾਂ ਦੇ ਨਾਲ ਬਹਿਸ ਕਰਨ ਲਈ ਅੱਗੇ ਆਈ ਨਹੀਂ ਯਾਦ ਰਹੇ ਕਿ ਫੋਰਮ ਦੇ ਨਾਲ ਕੁਝ ਸਾਬਕਾ ਅਗਿਆਸ ਆਈਪੀਐਸ ਅਤੇ ਕੁਝ ਪੀਸੀਐਸ ਅਤੇ ਕੁਝ ਫੌਜੀ ਅਫਸਰ ਜੁੜੇ ਹੋਏ ਨੇ ਇਹਨਾਂ ਸਾਬਕਾ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਤਿੰਨੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਰਾਜਨੀਤਿਕ ਧਿਰਾਂ ਨੂੰ ਜਿਹੜੀਆਂ ਹੱਕ ਵਿੱਚ ਭੁਗਤਦੀਆਂ ਨੇ ਉਹਨਾਂ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਸੀ ਕਿਰਤੀ ਕਿਸਾਨ ਫੋਰਮ ਦੀ ਕੋ ਪ੍ਰਧਾਨਗੀ ਕਰਦੇ ਆ ਪਦਮਸ਼੍ਰੀ ਸਵਰਨ ਸਿੰਘ ਵੋਪਾਰਾਈ ਪਦਮਸ਼੍ਰੀ ਆਰ ਆਈ ਸਾਬਕਾ ਮੁਖ ਸਕੱਤਰ ਪੰਜਾਬ ਸਰਕਾਰ ਨੇ ਕਿਸਾਨ ਸੰਸਦ ਦੇ ਵਿੱਚ ਸ਼ਾਮਲ ਹੋਣ ਵਾਲੇ ਪਿਆਰ ਸਾਰੀ ਅਧਿਕਾਰੀਆਂ ਦੇ ਜੋਸ਼ ਦੀ ਪ੍ਰਸ਼ੰਸਾ ਕੀਤੀ ਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਮੀਟਿੰਗ ਦੇ ਵਿੱਚ ਕਾਨੂੰਨੀ ਮਾਹਰ ਜੁਗਿੰਦਰ ਸਿੰਘ ਤੂਰ ਅਤੇ ਖੇਤੀ ਕਾਨੂੰਨਾਂ ਦੇ ਮਾਰੂ ਅਸਰਾਂ ਦੇ ਬਾਰੇ ਉਹਨਾਂ ਦੀ ਹੁਣ ਪਿੱਛੇ ਜੇ ਕਿਤਾਬ ਵੀ ਛਪੀ ਸੀ ਉਹ ਸਾਰੇ ਜਿਹੜੇ ਕਾਲੇ ਪੱਖ ਨੇ ਉਹਦੇ ਵਿੱਚ ਦੱਸਿਆ ਵੀ ਸੀ ਅੰਗਰੇਜ਼ੀ ਐਡੀਸ਼ਨ ਦੀਆਂ ਕਾਪੀਆਂ ਵੀ ਉੱਥੇ ਵੰਡੀਆਂ ਗਈਆਂ ਤੇ ਮੁਲਕ ਦੇ ਸੰਸਦ ਮੈਂਬਰਾਂ ਨੂੰ ਵੀ ਭੇਜੀਆਂ ਗਈਆਂ ਨੇ ਬੁੱਧੀਜੀਵੀਆਂ ਤੇ ਵਿਧਾਨ ਸਭਾ ਦੇ ਮੈਂਬਰਾਂ ਨੂੰ ਵੀ ਉਹਨਾਂ ਨੇ ਮੁਫਤ ਦੇਣ ਦਾ ਭਰੋਸਾ ਦਿੱਤਾ ਬੋਪਾ ਰਾਣੇ ਦੱਸਿਆ ਕਿ ਭਾਰਤ ਦੀ ਸੁਰੱਖਿਆ ਤੇ ਸਥਿਰਤਾ ਪੂਰਨ ਰੂਪ ਵਿੱਚ ਖੇਤੀ ਤੇ ਆਧਾਰਿਤ ਹੈ ਕਿਸਾਨਾਂ ਤੇ ਦਿਹਾਤੀ ਇਲਾਕਿਆਂ ਤੇ ਨਿਰਭਰ ਕਰਦੀ ਹੈ ਪੇਂਡੂ ਖੇਤਰ ਦੇ ਵਿਕਾਸ ਅਤੇ ਜੀਵਨ ਜਾਂਚ ਨੂੰ ਤਹਿਸ ਨੈਸ ਅਸੀਂ ਨਹੀਂ ਕਰ ਸਕਦੇ ਅਸੀਂ ਉਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਤਿੰਨੇ ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਾਜ ਦੇ ਸਾਰੇ ਵਰਗਾਂ ਤੋਂ ਕਹਿੰਦੇ ਹਮਾਇਤ ਹਾਸਲ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਬੀਤੇ 8 ਮਹੀਨਿਆਂ ਤੋਂ ਸ਼ਾਂਤ ਬਈ ਢੰਗ ਨਾਲ ਆਪਣਾ ਵਿਰੋਧ ਵੀ ਲਗਾਤਾਰ ਦਰਜ ਕਰਵਾਇਆ ਜਾ ਰਿਹਾ ਹੈ ਫਾਰਮਰਸ ਵੈਲਫੇਅਰ ਟਰਸਟ ਦੇ ਵੱਲੋਂ ਸੁਖਦੇਵ ਸਿੰਘ ਸਿੱਧੂ ਨੇ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਲਈ ਹਰ ਸੰਭਵ ਮਦਦ ਦੇਣ ਦਾ ਵਾਅਦਾ ਵੀ ਕੀਤਾ ਤੇ ਮੀਟਿੰਗ ਦੇ ਵਿੱਚ ਕੁਝ ਔਰਤ ਅਧਿਕਾਰੀਆਂ ਨੇ ਵੀ ਭਰਮਾ ਹਿੱਸਾ ਲਿਆ ਪਰ ਜਿਹੜਾ ਉਹ ਚੈਲੰਜ ਕਰਦੇ ਆ ਸਮੇਂ-ਸਮੇਂ ਤੇ ਕਿ ਅਸੀਂ ਦੱਸਾਂ ਕਾਨੂੰਨ ਚੰਗੇ ਆ ਅਸੀਂ ਦੱਸਾਂ ਕਾਨੂੰਨ ਚੰਗੇ ਆ ਅਸੀਂ ਦੱਸਾਂਗੇ ਕਿ ਆਮਦਨ ਕਿਸਾਨਾਂ ਦੀ ਦੁੱਗਣੀ ਕਰ ਦੇਣਗੇ ਪਰ ਜਦੋਂ ਖੁੱਲਾ ਸੱਦਾ ਬਹਿਸ ਦੀ ਚੁਣੌਤੀ ਦਿੱਤੀ ਗਈ ਕੋਈ ਪਹੁੰਚਾਈ ਨਹੀਂ ਇਥੋਂ ਪਤਾ ਲੱਗਦਾ ਕਿ ਇਹਨਾਂ ਕੋਲ ਤਰਕ ਕੋਈ ਨਹੀਂ ਦਲੀਲ ਕੋਈ ਨਹੀਂ ਪਰ ਜੋਗਿੰਦਰ ਸਿੰਘ ਤੂਰ ਹੋਰਾਂ ਦੀ ਕਿਤਾਬ ਦੀ ਗੱਲ ਕਰੀਏ ਜਾਂ ਜਿਹੜੇ ਸਾਬਕਾ ਆ ਆਈਜੀਐਸ ਪੀਸੀਐਸ ਅਧਿਕਾਰੀ ਨੇ ਇਹਨਾਂ ਨੇ ਇਹਦੇ ਤੇ ਸਟੱਡੀ ਵੀ ਕੀਤੀ ਹੋਈ ਅਤੇ ਕਹਿੰਦੇ ਸੀ ਜਿਹੜਾ ਮਰਜੀ ਆਓ ਮਾਦਦਾਰ ਮਾਦਗਲ ਕਰਾਂਗੇ ਜਿਹੜੀ ਗੱਲ ਉਹ ਲੋਕਾਂ ਦੇ ਸਾਹਮਣੇ ਰੱਖ ਰਹੇ ਨੇ ਉਹਨਾਂ ਦੇ ਤਰਕ ਦਲੀਲ ਨਾਲ ਜਵਾਬ ਦੇਵਾਂਗੇ ਤੇ ਸਾਡੇ ਸਵਾਲਾਂ ਦੇ ਜਵਾਬ ਉਹ ਦੇਣ ਆਏ ਨਹੀਂ ਸੋ ਦੋਸਤੋ ਏਸੀ ਕੁੱਲ ਮਿਲਾ ਕੇ ਅੱਜ ਦਾ ਆਪਣਾ ਪ੍ਰੋਗਰਾਮ ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ